स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड रामेयाणा पिंड फरीदकोट जिले का, तो इहनू तहसील जिहड़ी पैंदी है वह जैतो है। जैतो तो श्री मुक्तसर साहब वाली जिहड़ी सड़क है उस सड़क के उत्ते यह पिंड आउंदा है। जिहड़े घर चों वीडियो बना रहे हैं दसो गंगा वाला कच्चा राह वजदा है जिथे बाई जी होरां दा घर है, तो इत्थे ये व्यापार का काम करते हैं। इन्हां कोल पशु विक्री वाले आउंदे रहिंदे आ। अज जिहड़ी वीडियो बन रही है इहदे च दो मझां तुहानूं दिखाउणगा जिहदे च इक झोटी बिल्कुल ताज़ी सूई भी है, तो ये तो बिना एक इधर गभण मझ भी खड़ी है। सो नग दो आ, तुसीं वीडियो नूं एंड तक देखियो, तुहानूं इन्हां चों जिहड़ा पशु जचूगा उहदी तसल्ली तुसीं करनी है, तो आके तुसीं देखना समझ आऊगी तो सौदाबाजी नाल तुसीं रला लोगे। आओ आपां इस गभण मझ तों शुरुआत कर लैंदे, उस तों बाद झोटी तुहानूं दिखावांगे। ਬਾਈ ਸਤਿ ਸ੍ਰੀ ਅਕਾਲ ਜੀ, ਨਾਮ ਦੱਸਿਓ ਵੀਰ। ਮੇਰਾ ਨਾਮ ਰਾਜਾ ਜੀ। ਰਾਜੇ ਬਾਈ ਵਿਕਰੀ 'ਚ ਹੀ ਆਏ ਹੋਏ ਆ ਪਸ਼ੂ ਤਾਂ ਆਪਣੇ? ਹਾਂ, ਵਿਕਰੀ ਵਾਲੇ ਜੀ। ਠੀਕ ਹੈ, ਪਹਿਲੇ ਨੰਬਰ 'ਤੇ ਮੱਝ ਬਾਈ ਕਿੰਨੇ ਕੁ ਦਿਨ ਲਓ ਸੂ? ਇਹ ਬਾਈ ਇੱਕ ਦੋ ਦਿਨ ਲਊਗੇ। ਕੀ ਰੇਟ ਕਰਦੇ ਹੋ ਇਹਦਾ? ਇਹਦਾ 85,000 ਰੁਪਏ ਖੋਲੀ ਬਾਈ ਨੂੰ। ਸੋ ਦੱਸੋ ਇੱਕ ਦੋ ਦਿਨ ਲੈਂਦੀ ਆ ਸੂਣ 'ਚ ਅਤੇ 85,000 ਰੇਟ ਹੈ। ਹਵਾਨਾ ਜਦੋਂ ਤੁਰੂਗੀ ਉਦੋਂ ਤੁਸੀਂ ਦੇਖ ਲੈਣਾ, ਹਜੇ ਦਿਨ ਲੈਂਦੀ ਆ। ਅਤੇ ਮੱਝਾਂ ਦੀ ਇਹ ਖਾਸੀਅਤ ਹੁੰਦੀ ਆ ਵੀ ਜਦੋਂ ਸੂਣ ਦੇ ਨੇੜ ਆਉਂਦੀਆਂ ਉਦੋਂ ਮੌਕੇ 'ਤੇ ਹਵਾਨਾ ਪੂਰਾ ਭਰ ਜਾਂਦੀਆਂ। ਮੋੜ ਲਾ ਬਈ ਵਾਪਸ। ਸੋ ਮੀਡੀਅਮ ਹਾਈਟ ਦੇ ਵਿੱਚ ਆ ਦੋਸਤੋ, ਬਈ ਜਿਹੜੀ ਦੂਜੇ ਨੰਬਰ ਤੇ ਝੋਟੀ ਖੜੀ ਹੈ, ਹਾਂ ਜੀ, ਇਹ ਕਿੰਨਵਾਂ ਸੂਆ ਸੀ? ਇਹ ਦੂਜਾ ਸੂਈ ਹੈ ਜੀ, 2 ਦਿਨ ਹੋ ਗਏ ਸੂਈ ਨੂੰ। ਦੂਜਾ ਸੂਆ 2 ਦਿਨ ਹੋਏ ਆ? ਹਾਂ ਜੀ, ਹੁਣ 10 ਕਿਲੋ ਬਵਾ ਹੋ ਗਏ। ਠੀਕ ਹੈ, ਰੇਟ ਇਹਦਾ ਕੀ ਰੱਖਦੇ ਹੋ? ਰੇਟ ਇਹਦਾ ਜੀ ਫੋਨ ਤੇ ਕਰਾਂਗੇ। ਇਹਦਾ ਫੋਨ ਤੇ ਹੋਊਗਾ? ਹਾਂ ਜੀ, ਖੋਲੀ ਨੂੰ। ਸੋ ਦੱਸੋ ਰੇਟ ਇਹਦਾ ਫੋਨ ਤੇ ਹੋਊਗਾ। 10 ਕਿਲੋ ਬਾਈ ਕਹਿੰਦਾ ਦੂਜੇ ਦਿਨ ਬੌਲਾ ਹੈ ਤੇ ਦੂਜਾ ਸੂਆ ਇਹ ਸੂਈ ਹੈ। ਕੱਟੀ ਮਾਰਦਾ ਬੱਚਾ, ਇਹਨੇ ਕੱਟੀ ਨੂੰ ਜਨਮ ਦਿੱਤਾ, ਸਿੰਘ ਇਹ ਕੁੰਡਿਆਂ ਦੀ ਹੈ ਤੇ ਹਜੇ ਤਾਜ਼ੀ ਸੂਈ ਹੈ, ਉਹਦੇ ਕਰਕੇ ਸੂਆ ਜਾਂ ਮੰਨੀ ਖੜੀ ਹੈ ਢਾਂਚੇ ਵੱਲੋਂ ਜੇ ਆਪਾਂ ਦੇਖਦੇ ਹਾਂ ਤਾਂ। ਬਾਈ ਮੋੜ ਲਾ ਬਸ। ਮੀਡੀਅਮ ਹਾਈਟ ਦੇ ਵਿੱਚ ਇਹ ਝੋਟੀ ਹੈ, ਢਾਂਚਾ ਇਹਦਾ ਤੁਸੀਂ ਹੁਣ ਵੀਡੀਓ 'ਚੋਂ ਦੇਖ ਲਓ ਬਾਈ। ਹੋਰ ਲੰਬੀ ਤੋਰ ਦੇ, ਸਿੱਧੀ ਲੈ ਜੀ। ਸੋ ਇਹ ਦੂਜਾ ਸੂਆ, ਬਿਲਕੁਲ ਤਾਜ਼ੀ ਸੂਈ ਝੋਟੀ ਹੈ ਦੋਸਤੋ। ਇਹ ਕੱਟੀ ਇਹਦੇ ਨਾਲ ਇਹਦੀ, ਇਸ ਕਰਕੇ ਮੈਂ ਕਹਿ ਰਿਹਾ ਵੀ ਇਹ ਬਿਲਕੁਲ ਤਾਜ਼ੀ ਸੂਈ ਹੈ, ਕਿਉਂਕਿ 2-3 ਦਿਨ ਪਹਿਲਾਂ ਹੀ ਬਾਈ ਦਾ ਫੋਨ ਆਇਆ ਸੀਗਾ, ਉਦਣ ਇਹਦੀ ਗੱਭਣ ਦੀ ਵੀਡੀਓ ਬਣਾਉਣੀ ਸੀ ਪਰ ਮੌਕਾ ਨਹੀਂ ਮਿਲਿਆ, ਤਾਂ ਹੁਣ ਤੁਹਾਨੂੰ ਇਹ ਸੂਈ ਸਵਾਈ ਝੋਟੀ ਦੀ ਵੀਡੀਓ ਦਿਖਾ ਰਹੇ ਹਾਂ। ਦੂਜਾ ਸੂਆ ਵੀਰ ਕਹਿੰਦਾ ਵੀ ਇਹ ਸੂਈ ਹੈ ਅਤੇ ਇਹਦੇ ਥੱਲੇ 10 ਕਿਲੋ ਬੌਲਾ, ਅਤੇ ਵੀਡੀਓ ਬਣਾ ਰਿਹਾ 9 ਵਜੇ ਦੋਸਤੋ, ਅਤੇ ਸੁਬਹਾ ਇਹਦੀ ਮਿਲਕਿੰਗ ਹੋਈ ਵੀ ਹੈ। ਇਹ ਚੀਜ਼ ਤੁਸੀਂ ਇੱਧਰੋਂ ਟਾਈਮ ਦੇਖ ਸਕਦੇ ਹੋ, 8:59 ਹੈ, 9 ਵਜ ਗਏ ਆ ਪੂਰੇ, 27 ਤਰੀਕ ਅੱਜ, ਅਤੇ ਸੁਬਹਾ ਇਹਦੀ ਚਵਾਈ ਹੋਈ ਵੀ ਹੈ। ਸੋ ਉਸ ਹਿਸਾਬ 'ਤੇ ਤੁਸੀਂ ਹਵਾਨੇ ਦੀ ਜੱਜਮੈਂਟ ਕਰਿਓ। ਬਾਕੀ ਮੈਂ ਸੂਏ ਸਵਾਏ ਪਸ਼ੂ ਦੀ ਵੀਡੀਓ 'ਚ ਇਹ ਗੱਲ ਐਡ ਕਰਦਾ ਹੁੰਦਾ ਵੀ ਜਿਹੜਾ ਪਸ਼ੂ ਸੂਆ ਉਹਦੀ ਮਿਲਕਿੰਗ ਤੁਸੀਂ ਕਰਕੇ ਦੇਖ ਸਕਦੇ ਹੋ ਜਿੰਨਾ ਦੁੱਧ ਤੁਹਾਨੂੰ ਦੱਸਿਆ ਜਾਂਦਾ। ਅਤੇ ਇਹ ਤੋਂ ਬਿਨਾਂ ਇੱਕ ਇੱਧਰ ਗੱਭਣ ਮੱਝ ਖੜੀ ਹੈ ਨਾਲ ਹੀ। ਸੋ ਤੁਹਾਨੂੰ ਇਹਨਾਂ 'ਚੋਂ ਜਿਹੜਾ ਪਸ਼ੂ ਜਚੇ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ, ਆ ਕੇ ਦੇਖਣਾ ਤੁਸੀਂ ਹੈ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ। 2 ਮੱਝਾਂ ਤੁਹਾਨੂੰ ਦਿਖਾਤੀਆਂ, ਇਹਨਾਂ 'ਚੋਂ ਪਸੰਦ ਦੀ ਮੱਝ ਖਰੀਦ ਲਿਓ।